ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀਫਾਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੁੱਢੇ ਨਾਲੇ ਨੂੰ ਲੈ ਕੇ ਲਗਾਤਾਰ ਕੰਮ ਕਰਨ ਵਾਲੇ ਰਾਜ ਸਭਾ ਮੈਂਬਰ ਸੰਤ ਸਿੱਚੇਵਾਲਾ ਜੀ ਲੁਧਿਆਣੇ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਡੀਸੀ ਦੇ ਨਾਲ ਮੁਲਾਕਾਤ ਕੀਤੀ ਤੇ ਬੁੱਢੇ ਨਾਲੇ ਤੇ ਖਰਚੇ 650 ਕਰੋੜ ਦੀ ਸੀਵੇਜ ਜਾਂਚ ਦੀ ਗੱਲ ਵੀ ਕੀਤੀ ਹੈ। ਤੁਹਾਨੂੰ ਦੱਸਦੇ ਕਿ ਲੁਧਿਆਣੇ ਦਾ ਜਿਹੜਾ ਬੁੱਢਾ ਨਾਲਾ ਉਹ ਕਾਫੀ ਚਰਚਾ ਦੇ ਵਿੱਚ ਆ, ਉਹਦੀ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਉਸਦਾ ਮੁੱਦਾ ਜ਼ਰੂਰ ਉੱਠਦਾ ਵੀ ਸਫਾਈ ਕੀਤੀ ਜਾਵੇ, ਕਿਉਂਕਿ ਨੇੜੇ ਤੇੜੇ ਦੇ ਲੋਕਾਂ ਨੂੰ ਬੜੀ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਵਿਧਾਨ ਸਭਾ ਕਮੇਟੀ ਦੀ ਮੀਟਿੰਗਾਂ ਦੋ ਇੱਥੇ ਲੁਧਿਆਣੇ ਹੋਈਆਂ ਉੱਥੇ ਵੀ, ਅਤੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਹੋਈਆਂ ਉੱਥੇ ਵੀ, ਅਸੀਂ ਉਹਦੀਆਂ ਪ੍ਰਸੀਡਿੰਗਾਂ ਤੁਹਾਨੂੰ ਦੇ ਸਕਦੇ ਹਾਂ ਕਿ ਹਰ ਵੇਲੇ ਅਸੀਂ ਕਿਹਾ ਕਿ ਜਿਹੜਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਆ ਰੁਕਣੇ ਚਾਹੀਦੇ ਆ। ਮਿਊਂਸੀਪਲ ਕਮੇਟੀ ਦਾ ਇੱਕ ਜਿਹੜਾ ਕਨੈਕਸ਼ਨ ਹੈ ਜਿਹੜਾ ਸਟੇਅ ਹੋਣ ਕਰਕੇ ਅੜਿਆ ਹੋਇਆ, ਹੁਣ ਵੀ ਕੇਸ ਜਿਹੜਾ ਹੈਗਾ ਉਹ ਡਿਸਕਸ ਕਰਕੇ ਹਟਿਆ ਕਿ ਉਹਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾਵੇ। ਉਹ ਮਿਊਂਸੀਪਲ ਕਮੇਟੀ ਨੇ ਕਿਹਾ ਕਿ ਅਸੀਂ ਪੈਸੇ ਜਿਹੜਾ ਹੈਗਾ ਐਫੀਡੇਵਿਟ ਦੇਣ ਨੂੰ ਤਿਆਰ ਹਾਂ ਕਿ ਜੇਕਰ ਫੈਸਲਾ ਇਹਨਾਂ ਦੇ ਵੀ ਹੱਕ 'ਚ ਆਉਂਦਾ ਤਾਂ ਅਸੀਂ ਉਹ ਜਿਹੜੀ ਜੋ ਰੇਟ ਹੋਊਗਾ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ ਜੇ ਇਹ ਸ਼ੋਅ ਕਰਦੇ ਆ ਵੀ ਸਾਡਾ ਥਾਂ ਵਾ। ਸੋ ਉਹਦੇ ਵਾਸਤੇ ਉਹ ਫੈਸਲਾ ਆ ਗਿਆ, ਅਤੇ ਫਿਰ ਇਹਦੇ ਨਾਲ ਉਹ ਜਿਹੜੀਆਂ 32 ਇੰਡਸਟਰੀਆਂ ਦੇ ਪਾਣੀ ਆ ਜਿਹੜੇ ਹੁਣ ਉਹ ਇਹਦੇ ਥਰੂ ਇਹਦੇ ਵਿੱਚ ਆ ਵੀ ਰਹੇ ਆ, ਤੇ ਉਹ ਜਿੱਦਣ ਉਹ ਕਨੈਕਸ਼ਨ ਟ੍ਰੀਟਮੈਂਟ ਪਲਾਂਟ ਨਾਲ ਜੁੜ ਗਿਆ ਉਦਣ ਜਿਹੜਾ ਹੈਗਾ ਵਾ ਉਹ ਸਾਰੇ ਵੱਖੋ ਵੱਖਰੇ ਹੋ ਜਾਣੇ। ਹੁਣ ਤਾਂ ਉਹਦੇ ਇਸ ਕਰਕੇ ਪੈ ਰਿਹਾ ਕਿ ਇਹ ਸਾਡਾ ਨਹੀਂ ਗਾ, ਇੰਡਸਟਰੀ ਕਹਿੰਦੀ ਸਾਡਾ ਨਹੀਂ ਮਿਊਂਸੀਪਲ ਕਮੇਟੀ ਦਾ। ਸੋ ਉਹਦਾ ਫੈਸਲਾ ਹੋ ਜਾਵੇ ਤਾਂ ਫਿਰ ਮਿਊਂਸੀਪਲ ਕਮੇਟੀ ਦਾ ਜਿਹੜਾ ਪਾਣੀ ਆ ਇਹ 650 ਐਮ ਐਲ ਡੀ ਹੈ, ਤੇ 800 ਐਮ ਐਲ ਡੀ ਦਾ ਪ੍ਰਬੰਧ ਹੋਇਆ ਜਿਹਨੇ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ। ਜੇਕਰ ਉਹ ਪਾਣੀ ਉੱਥੇ ਜੁੜ ਜਾਂਦਾ ਫਿਰ ਬਾਕੀ ਰਹਿ ਗਿਆ ਇੰਡਸਟਰੀ ਦਾ, ਉਹਦੇ ਵਿੱਚ 50 ਐਮ ਐਲ ਡੀ, 40 ਐਮ ਐਲ ਡੀ ਅਤੇ 15 ਐਮ ਐਲ ਡੀ ਉਹ ਟ੍ਰੀਟਮੈਂਟ ਪਲਾਂਟ ਚੱਲ ਰਹੇ, ਉਹਨਾਂ ਦੇ ਉੱਤੇ ਅਸੀਂ ਲਗਾਤਾਰ ਆਪ ਨਿਗਰਾਨੀ ਕਰ ਰਹੇ ਹਾਂ। ਉਹਨਾਂ ਦੇ ਰਾਤ ਨੂੰ ਵੀ ਸੈਂਪਲ ਭਰ ਕੇ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਜਦੋਂ ਸਾਨੂੰ ਕੋਈ ਜਾਂਦਾ। ਪਰ ਤੁਹਾਡੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਹੋਣੀ ਇਸ ਗੱਲ ਨੂੰ ਲੈ ਕੇ ਆਵਾਜ਼ ਚੱਕ ਰਹੇ ਨੇ, ਕਹਿੰਦੇ 650 ਕਰੋੜ ਰੁਪਈਆ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ। ਨਹੀਂ ਉਹ ਤਾਂ ਜੇ ਕੋਈ ਉਹਦੇ ਵਿੱਚ ਗਲਤੀ ਹੋਈ ਆ ਉਹਦੇ ਇਨਕੁਆਇਰੀ ਹੋ ਜਾਣੀ ਚਾਹੀਦੀ, ਉਹਦੇ ਉੱਤੇ ਕਾਬ ਹੋਣਾ, ਜੇ ਪੈਸਾ ਕਿਸੇ ਨੇ ਖਾਧਾ ਵਾ ਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਿਹੜਾ ਪਾਣੀ ਜਿਹੜੇ ਹੈਗੇ ਆ ਸਾਫ ਹੋਣੇ ਚਾਹੀਦੇ, ਇਹਦੇ ਉੱਤੇ ਕੋਈ ਪੋਲਿਟਿਕਸ ਨਹੀਂ ਹੋਣੀ। ਨਹੀਂ ਉਹ ਇਉਂ ਆ ਨਾ ਕਿ ਲੋਕਾਂ ਦੇ ਵਿੱਚ ਗੁੱਸਾ ਰੋਸ ਆ, 2.5 ਕਰੋੜ ਲੋਕ ਰਾਜਸਥਾਨ ਦੇ ਵਿੱਚ ਆ, ਮਾਲਵੇ ਦੇ ਵਿੱਚ ਇਹ ਕੈਂਸਰ ਟ੍ਰੇਨ ਬਣਨੀ, ਕੈਂਸਰ ਬੈਲਟ ਬਣਨੀ, ਕੈਂਸਰ ਟ੍ਰੇਨ ਚੱਲਣੀ, ਉਹ ਬੁੱਢੇ ਦਰਿਆ ਦਾ ਪਾਣੀ ਜਿਹੜਾ ਹੈਗਾ ਗੰਦੇ ਪਾਣੀ ਕਰਕੇ ਹੋਇਆ, ਲੋਕਾਂ ਵਿੱਚ ਰੋਸ ਹੈ। ਚਾਹੀਦਾ ਅਸੀਂ ਬੇਨਤੀ ਕਰਾਂਗੇ, ਮੁੱਖ ਮੰਤਰੀ ਸਾਹਿਬ ਨੂੰ ਵੀ, ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਕਿ ਇਹ ਜਿਹੜੇ ਹੈਗੇ ਆ ਇਦੋਂ ਪਹਿਲਾਂ ਜਿਹੜੇ ਰੁਕ ਜਾਣੇ ਚਾਹੀਦੇ। ਇੰਡਸਟਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ, ਕਹਿੰਦੇ ਕੁਝ ਇੰਡਸਟਰੀਸਟਾਂ ਨੂੰ ਕਹਿੰਦੇ ਵੀ ਲੈ ਕੇ ਜਿਹੜੇ ਫੈਸਲੇ ਲਏ ਜਾ ਰਹੇ ਨੇ, ਕਹਿੰਦੇ ਲੋਕਾਂ ਦੇ ਜਿਹੜੇ ਨੇ ਉਲਟ ਫੈਸਲੇ ਲਏ ਜਾ ਰਹੇ ਨੇ। ਨਹੀਂ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਕਿ ਹੁਣ ਨਹੀਂ, ਇਹ ਲਗਾਤਾਰ ਪਹਿਲਾਂ ਤੋਂ ਹੀ ਹੁੰਦਾ ਆਇਆ, ਕਿਉਂਕਿ ਜਦੋਂ ਤੋਂ ਅਸੀਂ ਤਾਂ 2000 ਤੋਂ ਲੈ ਕੇ ਇਹਦਾ ਮੁੱਦਾ ਉਠਾਉਂਦੇ ਰਹੇ ਹਾਂ, ਪੋਲਿਊਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਅਸੀਂ, ਇਹ ਵੱਖ ਹਰ ਮੀਟਿੰਗ ਆ ਸਾਡਾ, ਤੁਸੀਂ ਕੱਲੀ ਕੱਲੀ ਮੀਟਿੰਗ ਦੇ ਵਿੱਚ ਉਠਾ ਕੇ ਦਿਓ। ਜਦੋਂ ਅਸੀਂ ਆਉਂਦੇ ਸੀਗੇ ਅਸੀਂ ਪਹਿਲਾਂ ਮੀਟਿੰਗ ਦੇ ਵਿੱਚ ਪਹਿਲਾਂ ਕਾਲਾ ਸਿੰਘਾਂ ਟ੍ਰੇਨ ਤੋਂ ਭਰਦੇ ਸੀ ਬੋਤਲ, ਫਿਰ ਚਿੱਟੀ ਵੇਈ ਤੋਂ, ਫਿਰ ਬੁੱਢੇ ਦਰਿਆ ਤੋਂ, ਰੋਜ਼ ਦਾ ਸੈਂਪਲ ਉੱਥੇ ਰੱਖਦੇ ਸੀ ਵੀ ਆਹ ਜਿਹੜਾ ਕੁਛ ਹੋ ਰਿਹਾ। ਪਰ ਕਾਲਾ ਪਾਣੀ ਦਾ ਜਿਹੜਾ ਅੰਦੋਲਨ ਕਰਨ ਦੀ ਗੱਲ ਕਰ ਰਹੀ ਹੈ, ਨਹੀਂ ਉਹ ਤਾਂ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਜਿਹੜਾ ਕਾਲਾ ਸਿੰਘਾਂ ਟ੍ਰੇਨ ਨੂੰ ਅਸੀਂ 2009 ਦੇ ਵਿੱਚ ਬੰਨ ਲਾਇਆ, 11 ਦੇ ਵਿੱਚ ਬੰਨ ਲਾਇਆ ਤਾਂ ਟ੍ਰੀਟਮੈਂਟ ਪਲਾਂਟ ਲੱਗੇ, ਲੋਕਾਂ ਦਾ ਰੋਸ ਜਿਹੜਾ ਹੈ ਜਾਇਜ਼ ਆ। ਨਹੀਂ ਅਸੀਂ ਤਾਂ ਪਹਿਲਾਂ ਕਹਿੰਦੇ ਕਿ ਅਸੀਂ ਤਾਂ ਕਹਿੰਦੇ ਪਾਣੀ ਬੰਦ ਹੋਣੇ ਚਾਹੀਦੇ, ਅਸੀਂ ਤਾਂ ਅਸੀਂ ਕੰਮ ਜਿਹੜਾ ਹੈਗਾ ਨਾ ਅੰਦੋਲਨ, ਅਸੀਂ ਤਾਂ ਅੰਦਰ ਬੈਠ ਕੇ ਮੁੱਦਾ ਉਠਾ ਰਹੇ ਹਰ ਗੱਲ ਦੇ ਉੱਤੇ, ਅੱਜ ਵੀ ਬੂਟੇ ਲਾਉਣ ਜਾ ਰਹੇ ਉੱਥੇ।
ਰਾਜ ਸਭਾ ਤੇ ਅਸੀਂ ਚੁੱਕ ਚੁੱਕੇ ਆ, ਤੁਸੀਂ ਤੁਹਾਨੂੰ ਉਹਦੀਆਂ ਪ੍ਰੋਸੀਡਿੰਗਾਂ ਦਿਖਾ ਸਕਦੇ ਆ। ਅਸੀਂ ਤਾਂ ਮੁੱਦੇ ਨੂੰ ਲਗਾਤਾਰ ਉਠਾ ਰਹੇ ਹਾਂ ਕਿ ਸਾਡਾ ਮਕਸਦ ਹੀ ਇਨਵਾਇਰਮੈਂਟ ਆ। ਸਰ ਪਰ ਹੁਣ ਤੁਹਾਡੇ ਸਾਥੀ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿੰਦੇ ਕਿ ਸਾਫ ਨਹੀਂ ਹੋਣਾ, ਕਹਿੰਦੇ 650 ਕਿਉਂ ਨਹੀਂ ਹੋਣਾ, ਕਿਉਂ ਨਹੀਂ 650 ਕਰੋੜ ਰੁਪਏ? ਨਹੀਂ ਨਹੀਂ ਕਿਉਂ, ਇਹਦੇ ਮਤਲਬ ਹੈਗਾ ਕਿ ਸਾਫ ਨਹੀਂ ਹੋਣਾ, ਗੈਰ ਕਾਨੂੰਨ ਗੈਰ ਸੰਵਿਧਾਨ ਅਗਰ ਰੁਕਣੇ ਚਾਹੀਦੇ ਇਹਦੇ ਵਿੱਚ, ਇਹ ਕਿਹੜੀ ਗੱਲ ਆ? ਇਸ ਉੱਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਚਾਹੇ ਇੰਡਸਟਰੀ ਹੋਵੇ, ਚਾਹੇ ਮਿਊਨਿਸਪਲ ਕਾਰਪੋਰੇਸ਼ਨ ਤੇ, ਚਾਹੇ ਜਿਹੜੀ ਹੈਗੀ ਆ ਜਿਹੜੀਆਂ ਡੈਰੀਆਂ, ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨ ਇੱਕੋ ਹੀ ਆ, ਇਹ ਲਾਗੂ ਹੋਣਾ ਚਾਹੀਦਾ। ਪਾਣੀ ਗੰਦੇ ਬੰਦ ਹੋਣੇ ਚਾਹੀਦੇ ਆ ਤਾਂ ਕਿ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਸਾਫ ਸੁਥਰਾ ਪਾਣੀ ਮਿਲੇ। ਨਹੀਂ ਉਹ ਜਿਹੜੇ ਲੁਧਿਆਣੇ ਵਾਲੇ MLA ਸਾਹਿਬ ਆ ਜਿੰਨੇ ਆ, ਉਹਨਾਂ ਨੇ ਮੰਗ ਕੀਤੀ ਆ ਤੇ ਉਹਦੀ CBI ਜਾਂਚ ਹੋ ਜਾਣੀ ਚਾਹੀਦੀ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪਤਾ ਲੱਗ ਸਕਦਾ ਵੀ ਹੈਗੀ ਆ। ਨਹੀਂ ਇਹ ਤਾਂ ਇਹਦੇ ਉੱਤੇ ਕੋਈ ਕਹਿੰਦੇ ਜਿਹੜਾ ਹੈਗਾ ਕਿੰਤੂ ਪਰੰਤੂ ਹੀ ਨਹੀਂ ਪਾਣੀ ਕਹਿੰਦਾ, ਜਿਹੜਾ ਜਾ ਰਿਹਾ ਸੀ ਉਹ ਸਾਰੇ ਜਿਹੜਾ ਹੈਗਾ ਜਦ ਉਹਦੇ ਰਿਜ਼ਲਟ ਦੱਸਦੇ ਆ ਤੇ ਉਹਨੂੰ ਉੱਤੇ ਕਿੰਤੂ ਪਰੰਤੂ ਕੋਈ ਹੈ ਹੀ ਨਹੀਂ। ਕਾਲਾ ਸਿੰਘ ਡਰੇਨ ਤੇ ਹੱਕਾ ਮਾਰਦੇ ਸੀ, ਅੱਜ ਅਸੀਂ ਅੰਦਰ ਮੀਟਿੰਗ ਇਸੇ ਕਰਕੇ ਕਰ ਰਹੇ ਹਾਂ ਨਾ, ਕਿਉਂਕਿ ਜਿਹੜੀ ਗੱਲ ਅੰਦਰ ਹੋ ਸਕਦੀ ਆ ਉਹ ਅਸੀਂ ਅੰਦਰ ਬੈਠ ਕੇ ਪ੍ਰਸ਼ਾਸਨ ਨਾਲ ਕਰ ਰਹੇ। ਹਾਂ ਆਉਣਗੇ, ਜ਼ਰੂਰ ਲਾਜ਼ਮੀ ਆਉਣਗੇ, ਕਿਉਂਕਿ ਲੋਕ ਦੁਖੀ ਆ, ਕਿਉਂਕਿ ਗਲਤੀ ਕੋਈ ਕਰ ਰਿਹਾ, ਕਹਿੰਦੇ ਕਰੇ ਕੋਈ ਭਰੇ ਕੋਈ, ਜਿਹੜਾ ਅਸੀਂ ਕਰ ਚੁੱਕੇ ਹਾਂ। ਵਿਧਾਨ ਸਭਾ ਦੀ ਕਮੇਟੀਆਂ ਦੀ ਮੀਟਿੰਗ ਹੋ ਚੁੱਕੀ ਆ ਜਿਹਦੇ ਵਿੱਚ ਜਿਹੜੇ ਫੈਸਲੇ ਹੋ ਚੁੱਕੇ ਆ, ਜਿਹੜੇ ਆਫਿਸਰ ਆ ਉਹਨਾਂ ਦੀ ਜਵਾਬਦੇਹੀ ਤੈਅ ਹੋ ਚੁੱਕੀ ਹੈ ਕਿ ਉਹ ਆਪਣੇ ਜੇ ਨਹੀਂ ਕਰਦਾ ਤੇ ਉਹਦੇ ਆਫਿਸਰ ਦੇ ਉੱਤੇ ਕਾਰਵਾਈ ਹੋਵੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।